ਅਸੀਂ ਸਭ ਤੋਂ ਪਹਿਲਾਂ ਗੁਰਦੁਆਰਾ ਕਾਲ ਬੁੰਗਾ ਸਾਹਿਬ ਬਾਬਾ ਫੌਜਾ ਸਿੰਘ ਸਿੱਖ ਸਦਭਾਵਨਾ ਦਲ ਵੱਲੋਂ ਗੁਰੂ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸੰਘਰਸ਼ ਨੂੰ ਮੈਂ ਉਸੇ ਨਜ਼ਰੀਏ ਨਾਲ ਹੀ ਵੇਖਦਾ ਹਾਂ ਜਿਸ ਨੂੰ ਗੁਰੂ ਨਾਨਕ ਨੇ ਬਾਬਰ ਦੀ ਉਹ ਮੇਲਣੀ 'ਚ ਵੇਖਿਆ ਗਿਆ, ਬਾਬਰ ਜਾਬਰ ਨਾ ਬਣ। ਸਹੁੰ ਖਾਧੀ ਸੀ ਇਨਸਾਫ ਦੀ, ਜੰਝ ਪਾਪ ਦੀ ਚੜ੍ਹੀ ਬੈਠਾ ਹੈ, ਸ਼ੁਭ ਦੀ ਨਹੀਂ। ਇਸ ਲਈ ਉਸੇ ਨਜ਼ਰੀਏ ਨਾਲ ਵੇਖਦੇ ਕਿ ਇੱਕ ਬੰਨੇ ਬਾਬਰਾਂ ਨੂੰ ਮਾਤ ਪਾਉਣ ਵਾਲੀ ਮੋਦੀ ਸਰਕਾਰ ਬਣ ਗਈ, ਦੂਜੇ ਬੰਨੇ ਮਜ਼ਲੂਮਾਂ ਦੇ ਰੂਪ ਵਿੱਚ ਅੱਜ ਇੱਧਰੋਂ ਸੰਘਰਸ਼ੀ ਲੋਕ ਬੈਠੇ ਨੇ ਔਰ ਉਹ ਆਪਣੇ ਗੁਰੂ ਨੂੰ ਚੇਤੇ ਕਰਕੇ ਆਵਾਜ਼ ਦੇ ਰਹੇ ਨੇ। ਅਤੇ ਮੈਨੂੰ ਇੱਥੇ ਵੇਖ ਕੇ ਇੰਝ ਲੱਗ ਰਿਹਾ ਸੀ ਕਿ ਸੱਚ ਅਤੇ ਝੂਠ ਦੀ ਜੰਗ ਚੱਲ ਰਹੀ ਹੈ, ਜਬਰ ਅਤੇ ਸਬਰ ਦੀ ਜੰਗ ਚੱਲ ਰਹੀ ਆ, ਜ਼ੁਲਮ ਅਤੇ ਜ਼ੁਲਮੀ ਅਤੇ ਮਜ਼ਲੂਮਾਂ ਦੀ ਜੰਗ ਚੱਲ ਰਹੀ ਆ। ਔਰ ਇਸ ਜੰਗ ਦੇ ਵਿੱਚ ਇਹਨਾਂ ਦੀ ਫਤਿਹ ਇਸ ਕਰਕੇ ਹੋਣੀ ਹੈ ਕਿਉਂਕਿ ਇਹ ਲੋਕ ਜਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਨੇ। ਜਿੱਥੋਂ ਤੱਕ ਕਿਸਾਨੀ ਦਾ ਸਵਾਲ ਹੈ, ਕਿਸਾਨੀ ਦੇ ਨਾਲ ਇਕੱਲੇ ਸਿੱਖੀ ਨਹੀਂ, ਹਰ ਵਰਗ ਜੁੜਿਆ ਹੋਇਆ, ਸਮਾਜਿਕਤਾ, ਆਰਥਿਕਤਾ, ਰਾਜਨੀਤੀ ਜਾਂ ਹੋਰ ਜੋ ਕੁਛ ਵੀ ਹੈ, ਅੰਨਦਾਤਾ ਸਾਰਿਆਂ ਦਾ ਹੀ ਕਿਸਾਨ ਹੈ ਕਿਉਂਕਿ ਸਾਰੇ ਕਿਸਾਨੀ ਨਹੀਂ ਕਰਦੇ, ਖਾਂਦੇ ਸਾਰੇ ਹੈ। ਇਸ ਲਈ ਇਹ ਸਾਰੇ ਵਰਗਾਂ ਦੀ ਲੜਾਈ ਹੈ, ਕਿਸਾਨ ਦੇ ਮਗਰ ਨੇ, ਸਾਰੇ ਨਾਲ ਨੇ। ਅਤੇ ਉਹ ਕਿਸਾਨ ਵੀਰ ਜੇ ਅੱਜ ਇੱਥੇ ਬੈਠੇ ਨੇ ਜਬਰ ਦਾ ਮੁਕਾਬਲਾ ਸਬਰ ਦਾ ਕਰਨ ਨਾਲ, ਅਤੇ ਅਸੀਂ ਹੋਕਾ ਦਿੰਦੇ ਹਾਂ ਸਿੱਖ ਸਦਭਾਵਨਾ ਦਲ ਵੱਲੋਂ, ਕਿਸਾਨ ਹੈ ਅਤੇ ਜਹਾਨ ਹੈ, ਬਰਬਾਦ ਕਿਸਾਨ ਬਰਬਾਦ ਜਹਾਨ, ਆਬਾਦ ਕਿਸਾਨ ਅਤੇ ਆਬਾਦ ਜਹਾਨ। ਇਹ ਮੋਦੀ ਸਰਕਾਰ, ਇਹ ਗਲਤੀ ਨਾ ਕਰਿਓ ਕਿ ਕਿਸਾਨ ਬਰਬਾਦ ਕਰ ਦਿਓ, ਮਾਰੇ ਜਾਓਗੇ। ਇਹ ਹੋ ਰਹੀ ਆ ਕਿ ਅੱਜ ਮੈਂ ਇੱਥੇ ਸੁਣ ਰਿਹਾ ਸਾਂ ਕਿਸਾਨ ਵੀਰਾਂ ਦੇ ਭਾਸ਼ਣ, ਰਾਜੇਵਾਲ ਵੀ ਬੋਲ ਕੇ ਗਏ ਇਹਨਾਂ ਦੇ ਜਿਹੜੇ ਆਗੂ ਨੇ, ਹੈ ਨਾ, ਕਿਸਾਨਾਂ ਦੇ। ਉਹਨਾਂ ਮੁਤਾਬਕ ਜਦੋਂ ਇਹ ਕਾਨੂੰਨ ਬਣਾਇਆ ਹੀ ਨਹੀਂ ਜਾ ਸਕਦਾ ਸੀ ਤੇ ਕਿਉਂ ਬਣਾਇਆ ਗਿਆ, ਪਹਿਲੀ ਗਲਤੀ। ਦੂਸਰੀ ਗਲਤੀ, ਜੇ ਕਿਸਾਨਾਂ ਦੇ ਐਡਾ ਹੀ ਹੱਕ ਵਿੱਚ ਸੀ ਤੇ ਕੀ ਤੁਸੀਂ ਕਿਸਾਨਾਂ ਦੀ ਰਾਏ ਲਈ ਜਿਨ੍ਹਾਂ ਲਈ ਬਣਾਇਆ ਗਿਆ। ਤੀਸਰੀ ਗਲਤੀ ਇਹ ਸੀ ਕਿ ਜੇ ਐਡਾ ਹੀ ਵਧੀਆ ਸੀ ਤੇ ਪ੍ਰਧਾਨ ਮੰਤਰੀ ਪਹਿਲਾਂ ਗੁਜਰਾਤ ਵਿੱਚ ਲਾਗੂ ਕਰਦਾ, ਉਹਦੇ ਫਾਇਦੇ ਫਿਰ ਸਾਨੂੰ ਦੱਸਦਾ, ਅਸੀਂ ਵੀ ਉਠਾਉਂਦੇ, ਹੈ ਨਾ। ਉਹ ਜਿਹੜੀਆਂ ਮਾਰੂ ਨੀਤੀਆਂ ਉਹ ਤਾਂ ਸਾਡੇ 'ਤੇ ਲਾਗੂ ਕੀਤੀਆਂ ਅਤੇ ਜਿਹੜੀਆਂ ਬਚਾਊ ਨੀਤੀਆਂ ਉਹਨੇ ਗੁਜਰਾਤ ਲਈ ਰੱਖੀਆਂ ਹੋਈਆਂ। ਇਸ ਲਈ ਇਹ ਬਣਾਉਣਾ ਹੀ ਗਲਤ ਸੀ। ਦੂਜਾ, ਹੁਣ ਉਹਨੂੰ ਤੁਸੀਂ ਕਹਿ ਰਹੇ ਹੋ ਵੀ ਅਸੀਂ ਸੋਧ ਕਰ ਦਿੰਦੇ ਹਾਂ, ਜਿਹੜੀ ਚੀਜ਼ ਬਣਾਈ ਹੀ ਨਹੀਂ ਜਾ ਸਕਦੀ, ਬਣਾਈ ਕਿਉਂ? ਜੇ ਬਣਾਈ ਆ ਤਾਂ ਹੁਣ ਉਹ 'ਚ ਸੋਧ ਕਿਸ ਗੱਲ ਦੀ? ਉਹਨੂੰ ਰੱਦ ਕਰੋ, ਉਹਨੂੰ ਪੁੱਛੋ ਵੀ ਜਿਹੜੇ ਤੁਹਾਡੇ ਉਹ ਮੈਂਬਰ ਪਾਰਲੀਮੈਂਟ ਆ, ਅਲਕ ਢੱਗੇ ਨੂੰ ਪੰਜਾਲੀ ਪਾ ਲੈਂਦੇ ਆ, ਜਾਂ ਉਹ ਅਰਲੀ ਤੋੜ ਨੂੰ ਵਾਹ ਲੈਂਦੇ ਆ, ਜਾਂ ਉਹਨਾਂ ਨੂੰ ਫਿਰਿਆਂ ਨੂੰ ਨੱਥ ਪਾਉਣੀ ਆਉਂਦੀ ਹੈ, ਕਿੱਲੇ 'ਚ ਬੀਜ ਕਿੰਨਾ ਪੈਂਦਾ ਹੈ, ਕਣਕ ਕਿੰਨੀ ਆ, ਉਹ ਛਟਾਲੇ ਦਾ ਬੀਜ ਕਿੰਨਾ ਪਾਉਂਦੇ ਆ, ਸਰੋਂ ਕਿੰਨੀ ਲੱਗਦੀ ਆ, ਕੀ ਇਹਨਾਂ ਨੂੰ ਪਤਾ ਇਸ ਗੱਲ ਦਾ? ਇਹਨਾਂ ਗੋਡੀਆਂ ਦਿੱਤੀਆਂ ਕਦੇ? ਇਹਨਾਂ ਕਿਤੇ ਕੱਕਰ ਦੀਆਂ ਉਹ ਰਾਤਾਂ ਸੇਕੀਆਂ ਪਾਣੀ ਲਾਏ? ਕੀ ਇਹਨਾਂ ਨੇ ਹਾੜ ਦੀਆਂ ਧੁੱਪਾਂ ਦੇ ਵਿੱਚ ਉਹ ਲਿੱਦਣ ਕੱਢੇ? ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੀ ਹੈ ਨਹੀਂ, ਇਹ ਉਹ ਲੋਕ ਨੇ। ਇੱਕ ਬੰਦਾ A4 ਐਪਲ ਪੜ੍ਹਦਾ ਹੈ, ਇਹ ਊੜਾ ਊਠ ਪੜ੍ਹਦਾ ਹੈ। ਜਿਹੜਾ A4 ਐਪਲ ਪੜ੍ਹਦਾ ਕਹਿੰਦਾ A4 ਐਪਲ ਐਪਲ ਮੈਨ ਸੇਬ, ਪਰ ਹੁੰਦਾ ਕਿੱਥੇ ਹੈ ਉਹਨੂੰ ਕੱਖ ਨਹੀਂ ਪਤਾ, ਕਿਹੜੀ ਕਿਸਮ ਦਾ ਹੈ, ਕਿਹੜੇ ਖਿੱਤੇ 'ਚ ਹੈ, ਕਿੰਨੇ ਨਫੇ ਨੁਕਸਾਨ ਨੇ, ਇਹਨਾਂ ਦਾ ਪਾਰਲੀਮੈਂਟ ਨਹੀਂ ਦੱਸ ਸਕਦਾ। ਪਰ ਜਿਹੜਾ ਖੇਤ ਵਿੱਚ ਬੈਠਾ ਹੈ ਉਹਨੂੰ A4 ਐਪਲ ਦਾ ਨਹੀਂ ਪਤਾ। ਤੁਹਾਨੂੰ ਏਡਾ ਹੀ ਹੇਜ਼ ਹੈ ਤੇ ਤੁਹਾਡਾ ਜਾਂਦਾ ਕੀ ਇਸ ਕਾਨੂੰਨ ਵਿੱਚ ਸੋਧ ਕਰਦਿਆਂ ਜਾਂ ਨੂੰ ਵਾਪਸ ਲੈਂਦਿਆਂ? ਮੈਂ ਕਹਿੰਦਾ ਪ੍ਰਧਾਨ ਮੰਤਰੀ ਛੋਟਾ ਨਹੀਂ ਵੱਡਾ ਹੋ, ਕਿਉਂਕਿ ਉਹ ਸਗੋਂ ਲੋਕਾਂ 'ਚ ਆ ਕੇ ਇੰਨੀ ਗੱਲ ਕਵੇ, ਅੱਜ ਮੀਡੀਆ ਰਾਹੀਂ ਸੁਣ ਰਿਹਾ ਹੈ, ਉਹ ਆ ਕੇ ਸਗੋਂ ਕਿਸਾਨਾਂ ਨੂੰ ਇਹ ਗੱਲ ਕਵੇ ਵੀ ਮੈਂ ਤੁਹਾਡੇ ਨਾਲ ਹਾਂ ਔਰ ਤੁਸੀਂ ਕਿਸਾਨਾਂ ਲਈ ਸਰਕਾਰ ਬਣੀ ਆ, ਕਿਸਾਨਾਂ ਲਈ ਪਾਰਲੀਮੈਂਟ ਬਣੇ ਨੇ, ਕਿਸਾਨਾਂ ਲਈ ਸੁਪਰੀਮ ਕੋਰਟ ਬਣੇ ਆ, ਆਮ ਜਨਤਾ ਲਈ ਅਸੀਂ ਤੁਹਾਡੀ ਸੇਵਾ ਲਈ ਬੈਠੇ ਹੋਏ ਹਾਂ, ਅਤੇ ਅਸੀਂ ਲਿਆਓ ਤੁਸੀਂ ਕਰਾਉਣਾ ਕੀ ਚਾਹੁੰਦੇ? ਜਿਹੜੀ ਚੀਜ਼ ਤੁਹਾਨੂੰ ਨਹੀਂ ਚੰਗੀ ਲੱਗ ਰਹੀ ਅਸੀਂ ਉਹਨੂੰ ਬਦਲ ਦਿੰਦੇ। ਇਹਦੇ ਨਾਲ ਇਹਨਾਂ ਦਾ ਕੱਦ ਛੋਟਾ ਨਹੀਂ ਹੋਣਾ, ਵੱਡਾ ਹੋਣਾ ਹੈ, ਪਰ ਸ਼ਾਇਦ ਇਹਨਾਂ ਦੀ ਅਕਲ ਨੂੰ ਜਿੰਦਰਾ ਵਜਿਆ ਹੋਇਆ ਵਾ ਵੀ ਉਹ ਕਿਸਾਨ ਜਿਹੜਾ ਨਾ ਉਹ ਇਹ ਤਾਂ ਨਹੀਂ ਦੱਸ ਸਕਦਾ ਵੀ A4 ਐਪਲ, ਪਰ ਅੱਜ ਵਾਲੇ ਦੱਸ ਰਹੇ ਨੇ ਵੀ ਐਪਲ ਮੈਨੇ ਸੇਬ ਆ। ਉਹ ਗਿਆਨ ਦੀ ਗੱਲ ਵੀ ਜਾਣਦੇ ਨੇ, ਉਹ ਇਹ ਵੀ ਜਾਣਦੇ ਨੇ ਵੀ ਇਹ ਕਿੰਨੀ ਕਿਸਮ ਦੇ ਹੁੰਦੇ ਆ, ਕਿਹੜੀ ਖੇਤੀ 'ਚ, ਕਿੰਨੇ ਸਮੇਂ 'ਚ, ਕਿਹੜੀ ਰੁੱਤ 'ਚ ਕਿਹੜੀ ਜਿਨਸ ਬੀਜੀ ਜਾ ਸਕਦੀ ਹੈ, ਇਹ ਇਹਨਾਂ ਨੂੰ ਨਹੀਂ ਪਤਾ। ਸਰਦਾਰ ਕਪੂਰ ਸਿੰਘ ਹੋਣੀ ਜਿਹੜੇ ਸਾਡੇ ਪੁਰਾਣੇ ਲੀਡਰ ਸੀਗੇ ਪੰਜਾਬ ਤੋਂ, ਇੱਕ ਵਾਰੀ ਉਹਨਾਂ ਨੇ ਭਾਸ਼ਣ ਦਿੱਤਾ, ਇਹਨਾਂ ਨੇ ਕਣਕ ਦਾ ਮੁੱਲ ਪਾ ਦਿੱਤਾ, ਉਹ ਕਹਿਣ ਲੱਗੇ ਵੀ ਤੁਸੀਂ ਕਿਹੜੇ
ਕਿਹੜੇ ਹਿਸਾਬ ਨਾਲ ਕਣਕ ਦਾ ਮੁੱਲ ਪਾ ਰਹੇ ਹੋ? ਇੱਕ ਮਣ ਕਣਕ ਕਿੰਨੇ ਥਾਂ 'ਚ ਖਿਲਾਰੀ, ਕਿੰਨਾ ਟਾਈਮ ਲੱਗਿਆ, ਜਦੋਂ ਸਪੀਕਰ ਨੂੰ ਪਤਾ ਹੀ ਕੱਖ ਨਹੀਂ ਉਹ ਮੁੱਲ ਕਿਵੇਂ ਘੋਸ਼ਿਤ ਕਰ ਰਿਹਾ ਵੀ ਆਹ ਮੁੱਲ ਜਿਸ ਦਾ ਹੋਊਗਾ। ਇਸ ਲਈ ਇਹ ਕਿਸਾਨਾਂ ਦੀ ਜਿਹੜੀ ਗੱਲ ਆ ਉਹ ਬੜੀ ਡੂੰਘਾਈ ਲਈ ਸੋਚਣ ਦੀ ਲੋੜ ਆ। ਬਾਬਾ ਬੰਦਾ ਸਿੰਘ ਬਹਾਦਰ ਬਣਨ ਦੀ ਜ਼ਰੂਰਤ ਆ, ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਨਾਂ ਕਰਕੇ ਦੇਣੀਆਂ। ਗੁਰੂ ਅਮਰਦਾਸ ਬਣਨ ਦੀ ਜ਼ਰੂਰਤ ਆ। ਅਕਬਰ ਚੜ੍ਹ ਕੇ ਆਇਆ ਸੀਗਾ ਜਦੋਂ, ਅਤੇ ਅਕਬਰਾਂ ਨੇ ਗੁਰੂ ਘਰ ਦੀ ਮਾਣ ਮਰਿਆਦਾ ਸਬਰ ਵੇਖ ਕੇ ਕਹਿ ਦਿੱਤਾ ਵੀ ਸਾਨੂੰ ਸੇਵਾ ਦੱਸੋ। ਮਹਾਰਾਜ ਜੀ ਕਹਿੰਦੇ ਵੀ ਕਿਸਾਨਾਂ ਦਾ ਮਾਲੀਆ ਮਾਫ਼ ਕਰ। ਜੇ ਸਾਡੇ ਗੁਰੂ ਸਾਹਿਬ ਕਿਸਾਨਾਂ ਨੂੰ ਖੂਹ ਲਵਾ ਕੇ ਦਿੰਦੇ ਨੇ ਜਾਂ ਰਾਜਿਆਂ ਤੋਂ ਮਾਲੀਆ ਮਾਫ਼ ਕਰਾਉਂਦੇ ਨੇ, ਬੰਦਾ ਸਿੰਘ ਬਹਾਦਰ ਬਣ ਕੇ ਉਹਨਾਂ ਦੀਆਂ ਜ਼ਮੀਨਾਂ ਦਿੰਦੇ ਨੇ, ਇਹਦਾ ਮਤਲਬ ਕਿਸਾਨ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਇਹ ਗੱਲ ਇਹਨਾਂ ਨੂੰ ਸਮਝ ਲੈਣੀ ਚਾਹੀਦੀ। ਅੰਨਦਾਤਿਆਂ ਨਾ ਤੱਕਣਗੇ, ਇਹਨਾਂ ਦੇ ਨਾਲ ਅਸੀਂ ਵੀ ਖੜ੍ਹੇ ਹਾਂ, ਬਾਕੀ ਵੀ ਵਰਗ ਖੜ੍ਹਾ ਹੈ, ਹਰ ਵਰਗ ਦੇ ਲੋਕ ਨੇ। ਜੇ ਇਹ ਨਾ ਮੰਨੇ ਅਗਲੀ ਤਰਤੀਬ ਅਸੀਂ ਕਿਸਾਨ ਵੀਰਾਂ ਨਾਲ ਮਿਲ ਕੇ ਆਪ ਬਣਾਵਾਂਗੇ। ਇਹਨਾਂ ਨੂੰ ਇਹ ਹੋਣਾ ਵੀ ਬੈਠੇ ਨੇ ਚਲੇ ਜਾਣਗੇ। 13,000 ਪੰਜਾਬ ਦਾ ਪਿੰਡ ਹੈ, 385 ਥਾਣੇ ਆ, ਅਸੀਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਬਣਾਵਾਂਗੇ। ਇੱਕ ਇੱਕ ਥਾਣੇ ਦੀ ਇੱਕ ਇੱਕ ਦਿਨ ਡਿਊਟੀ ਲਾਈ ਨਾ, ਅਤੇ 385 ਦਿਨ ਬਾਅਦ ਇੱਕ ਦੀ ਵਾਰੀ ਆਉਣੀ ਆ, ਚੇਤੇ ਰੱਖ ਲਿਓ। ਇਹਨੂੰ ਝੰਡੇ ਨੂੰ ਗੱਡ ਕੇ ਰੱਖਾਂਗੇ, ਆਰ ਜਾਵਾਂਗੇ ਜਾਂ ਪਾਰ ਜਾਵਾਂਗੇ, ਮੋਦੀ ਸਾਹਿਬ ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ। ਸ਼ਾਂਤੀਮਈ ਢੰਗ ਨਾਲ ਕਿਸਾਨ ਪ੍ਰਦਰਸ਼ਨ ਕਰ ਰਿਹਾ, ਕੀ ਮੈਸੇਜ ਦੇਣਾ ਚਾਹੋਗੇ? ਬਿਲਕੁਲ ਜੀ, ਅਸੀਂ ਉਹ ਕਹਿੰਦੇ ਵੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਆ, ਇਹਨਾਂ ਦੀਆਂ ਡਾਂਗਾਂ ਫੇਰਨ ਵਾਲਿਆਂ ਨੂੰ ਲੰਗਰ ਛਕਾ ਰਹੇ ਆ। ਫੋਰਸ ਨੂੰ ਕਿਸਾਨ ਵੀਰ ਇਹ ਅੱਤਵਾਦੀ ਅਤੇ ਵੱਖਵਾਦੀ ਦੱਸ ਰਹੇ ਨੇ, ਇਹਨਾਂ ਦੇ ਕੁਝ ਸਿਰ ਫਿਰੇ ਲੋਕ, ਅਤੇ ਬੇਨਤੀ ਕਰਦਾ ਵਾਂ ਵੀ ਇਹ ਸਮੁੱਚੇ ਕਿਸਾਨ ਵੀਰ, ਕਿਰਪਾਨਾਂ ਸਾਡੇ ਕੋਲ ਵੀ ਹੈ, ਡਾਂਗਾ ਸਾਡੇ ਕੋਲ ਵੀ ਹੈ, ਪਰ ਅਸੀਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ। ਕਿਸੇ 'ਤੇ ਹੱਥ ਨਹੀਂ ਚੁੱਕਿਆ, ਨਾ ਕਿਸੇ ਨੇ ਚੁੱਕਣਾ ਹੈ, ਨਾ ਕਿਸੇ ਦੀ ਦੁਕਾਨ ਸਾੜੀ, ਨਾ ਗੱਡੀ ਭੰਨੀ। ਅਤੇ ਵੰਡ ਕੇ ਖਾਣ ਵਾਲਿਆਂ ਨੂੰ ਜੇ ਅੱਤਵਾਦੀ ਕਹਿੰਦੇ ਆ, ਤਾਂ ਮੈਂ ਅਰਦਾਸ ਕਰਾਂਗਾ ਵੀ ਉਹਨਾਂ ਅੱਤਵਾਦੀਆਂ 'ਚ ਮੈਨੂੰ ਵੀ ਲਿਖ ਲਓ। ਉਦੋਂ ਬਾਅਦ ਮੈਂ ਇਹ ਵੀ ਕਹਾਂਗਾ ਵੀ ਸਤਿਗੁਰੂ ਘਰ ਘਰ ਦੇ ਵਿੱਚ ਇਸ ਤਰ੍ਹਾਂ ਦੇ ਅੱਤਵਾਦੀ ਪੈਦਾ ਕਰਦੇ, ਜਿਨ੍ਹਾਂ ਲੋਕਡਾਊਨ ਦੇ ਵਿੱਚ, ਲੋਕਡਾਊਨ ਲੱਗਿਆ, ਕਿਸਾਨ ਮੁੱਖ ਮੰਤਰੀ ਵੀ ਰਾਹਤ ਫੰਡ ਮੰਗਿਆ, ਪ੍ਰਧਾਨ ਮੰਤਰੀ ਨੇ ਵੀ ਮੰਗਿਆ, ਗੁਰਦੁਆਰੇ ਦੇ ਪ੍ਰਧਾਨਾਂ ਨੇ ਮੰਗਿਆ, ਹੋਰਨਾਂ ਨੇ ਵੀ ਮੰਗਿਆ, ਪਰ ਜਿਹੜਾ ਕਿਸਾਨ ਸੀ ਘਰੋਂ ਦਾਣੇ ਚੁੱਕ ਕੇ ਲੰਗਰ ਲਾਈ ਬੈਠਾ ਸੀ ਲੋਕਡਾਊਨ 'ਚ, ਅਤੇ ਸਾਡੇ ਤਾਂ ਉੱਥੇ ਗੁਰਦੁਆਰਿਆਂ 'ਚੋਂ ਉਹ ਬਾਦਲ ਕੇ ਸਬਜ਼ੀਆਂ ਖਾ ਗਏ, ਕਣਕਾਂ ਖਾ ਗਏ, ਗੁਰਦੁਆਰਿਆਂ 'ਚੋਂ ਦਿੱਲੀ ਦਾ ਸਿਰਸਾ ਪ੍ਰਧਾਨ ਆਟਾ ਵੇਚ ਗਿਆ। ਇਹ ਉਹ ਲੋਕ ਨੇ ਵੀ ਲੋਕਡਾਊਨ 'ਚ ਵੀ ਖਾਂਦੇ ਨੇ ਖੋਹ ਕੇ, ਔਰ ਇਹ ਉਹ ਜਿਹੜੇ ਇੱਥੇ ਬੈਠੇ ਨੇ ਉਹ ਲੋਕ ਨੇ ਭੁੱਖੇ ਹੋਏ ਨੂੰ ਘਰੋਂ ਬਚਿਆ ਵੀ ਲੈ ਕੇ ਤੁਰ ਪੈਂਦੇ ਨੇ। ਇਸ ਲਈ ਇਹਨਾਂ ਲਈ ਸੰਘਰਸ਼ ਵੀ ਪਹਿਲਾਂ ਵਾ ਕਿ ਕਿਸੇ ਲੀਡਰ ਨੂੰ ਸਟੇਜ ਤੇ ਚੜ੍ਹਨ ਨਹੀਂ ਦਿੱਤਾ ਜਾਂਦਾ। ਲੀਡਰ ਚਾਹੇ ਸਟੇਟਸ ਪਾ ਰਹੇ ਨੇ ਆਪਣੀ ਫੇਸਬੁੱਕ ਤੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਪਰ ਇੱਕ ਵਾਰੀ ਸਟੇਜ ਤੇ ਆ ਕੇ ਲੀਡਰ ਦੇਖ ਲਵੇ। ਬਿਲਕੁਲ ਜੀ, ਮੈਂ ਇਹ ਕਿਸਾਨ ਵੀਰਾਂ ਨੂੰ ਕਹਾਂਗਾ ਵੀ ਇਸੇ ਤਰ੍ਹਾਂ ਤਕੜੇ ਹੋ ਕੇ ਰਹੋ। ਜਿੱਦਣ ਇਸ ਸਟੇਜ ਤੇ ਰਾਜਨੀਤੀ ਚੜ੍ਹ ਗਈ, ਉਦਣ ਇਹਨੇ ਤਾਰ ਪੀੜ ਹੋ ਜਾਣਾ। ਇਸ ਲਈ ਸਿਆਸੀ ਲੋਕਾਂ ਤੋਂ ਬਚਾ ਕੇ ਰੱਖਿਓ, ਸਿਆਸੀ ਲੋਕਾਂ ਨੂੰ ਆਪਣੇ ਪ੍ਰਧਾਨ ਨਾ ਬਣਾਇਓ, ਆਪਣੇ ਪ੍ਰਧਾਨ ਇੰਡੀਪੈਂਡੈਂਟ ਰੱਖਿਓ, ਜਿਹੜੇ ਤੁਹਾਡੇ ਹੱਕਾਂ ਲਈ ਬਾਬੇ ਬਣ ਕੇ ਲੜ ਸਕਣ। ਇਹ ਵਧੀਆ ਗੱਲ ਹੈ, ਕਿਉਂਕਿ ਸਾਨੂੰ ਅੱਜ ਤੱਕ ਮਾਰਿਆ ਹੀ ਗੰਦੀ ਸਿਆਸਤ ਨੇ। ਅਸੀਂ ਸਿਆਸਤ ਤੋਂ ਬਚੇ ਰਹਾਂਗੇ। ਹੁਣ ਪੰਜਾਬ ਦੀ ਵੀ ਜੇ ਮੈਂ ਗੱਲ ਕਰਾਂ, ਉੱਥੇ 2 ਟੱਬਰਾਂ ਨੇ ਪੰਜਾਬ ਦੇ ਕਿਸਾਨਾਂ ਦਾ ਸਾਰਾ ਕੁਝ ਵੇਚਤਾ। 2 ਟੱਬਰਾਂ ਦੇ ਪ੍ਰਧਾਨ ਹੀ ਕਿਸਾਨਾਂ ਦੇ ਪ੍ਰਧਾਨ ਬਣਦੇ ਰਹੇ, ਪਰ ਅੱਜ ਕਿਸਾਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਵੀ ਜਿਹੜੇ ਸਾਡੇ ਪ੍ਰਧਾਨ ਹੋਣਗੇ ਉਹ ਸਿਆਸੀ ਲੋਕਾਂ ਦੀਆਂ ਰਖੇਲਾਂ ਨਹੀਂ ਹੋਣਗੇ, ਇਹ ਆਪ ਆਪਣੇ ਵਿੱਚੋਂ ਚੁਣ ਕੇ ਇਕੱਲੇ ਹੋਣਗੇ।